ਚਾਰ ਦਿਨਾਂ ਤੋਂ ਲਗਾਤਾਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ। ਉਹ ਕਹਿ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਵਾਲੇ ਵਿਰੋਧੀ ਪਾਰਟੀਆਂ ਨੂੰ ਫਾਰਮ ਨਹੀਂ ਭਰਨ ਦੇ ਰਹੇ, ਗੁੰਡਾਗਰਦੀ ਕਰ ਰਹੇ ਨੇ। ਦੂਸਰੇ ਬੰਨੇ ਜਿਹੜੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਸੀ, ਉਹਨਾਂ ਨੂੰ ਡਰਾ ਰਹੇ ਸੀ, ਉਹਨਾਂ ਨੂੰ ਧਮਕਾ ਰਹੇ ਸੀ। ਅਸੀਂ ਉਦੋਂ ਵੀ ਕਿਹਾ ਸੀ ਕਿ ਕਿਸੇ ਨੂੰ ਡਰਾਉਣਾ, ਕਿਸੇ ਨੂੰ ਧਮਕਾਉਣਾ ਜਾਂ ਗੁੰਡਾਗਰਦੀ ਕਰਨਾ ਇਹ ਆਮ ਆਦਮੀ ਪਾਰਟੀ ਦਾ ਕਲਚਰ ਨਹੀਂ ਹੈ। ਅਸੀਂ ਲੋਕਤੰਤਰੀ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਹਾਂ, ਲੇਕਿਨ ਅੱਜ ਤੁਹਾਡੇ ਸਾਹਮਣੇ ਹੈਗੇ ਆ, ਅੱਜ ਤੁਸੀਂ ਦੇਖ ਰਹੇ ਹੋ ਕਿ ਗੁੰਡਾਗਰਦੀ ਕੌਣ ਕਰਦਾ। ਅੱਜ ਜਲਾਲਾਬਾਦ ਦੇ BDPO ਦਫ਼ਤਰ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ 'ਤੇ ਗੋਲੀ ਮਾਰੀ ਗਈ, ਉਹ ਬਹੁਤ ਸੀਰੀਅਸ ਕੰਡੀਸ਼ਨ 'ਚ ਹੈਗਾ। ਉਹ ਇੰਨੀ ਸੀਰੀਅਸ ਕੰਡੀਸ਼ਨ 'ਚ ਉਹਨੂੰ DMC ਲੁਧਿਆਣੇ ਰੈਫਰ ਕਰਨਾ ਪੈ ਗਿਆ। ਹੁਣ ਪੰਜਾਬ ਦੇ ਲੋਕ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਗੁੰਡਾਗਰਦੀ ਕੌਣ ਕਰਦਾ, ਕਿੰਨਾ ਦਾ ਕ੍ਰਿਮੀਨਲ ਮਾਇੰਡ ਹੈਗਾ, ਕਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗੈਂਗਸਟਰ ਪੈਦਾ ਕੀਤੇ। ਪੰਜਾਬ ਦੇ ਲੋਕਾਂ ਤੋਂ ਕੁਝ ਭੁੱਲਿਆ ਨਹੀਂ ਹੈਗਾ, ਔਰ ਪੰਜਾਬ ਦੇ ਲੋਕ ਇਹਨਾਂ ਪੰਚਾਇਤੀ ਚੋਣਾਂ 'ਚੋਂ ਇਹੋ ਜਿਹੇ ਕ੍ਰਿਮੀਨਲ ਮਾਇੰਡ ਦੇ ਲੋਕਾਂ ਤੋਂ ਬਦਲਾ ਲੈਣਗੇ, ਬਿਲਕੁਲ ਵੋਟ ਦੇ ਨਾਲ ਬਦਲਾ ਲੈਣਗੇ। ਅਸੀਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਉਸ ਦਿਨ ਵੀ ਅਸੀਂ ਕਹਿ ਕੇ ਆਏ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਬਿਲਕੁਲ ਨਿਰਪੱਖ ਹੋਣੀਆਂ ਚਾਹੀਦੀਆਂ ਨੇ, ਔਰ ਜਿੱਥੇ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਹੈ ਉੱਥੇ ਇਲੈਕਸ਼ਨ ਕਮਿਸ਼ਨ ਸਿਕਿਉਰਿਟੀ ਦੇਵੇ। ਅਸੀਂ ਇੱਕ ਵਾਰੀ ਫਿਰ ਕਹਿੰਦੇ ਹੈਗੇ ਹਾਂ, ਆਮ ਆਦਮੀ ਪਾਰਟੀ ਨੇ ਨਾ ਕਿਸੇ ਨੂੰ ਫਾਰਮ ਭਰਨ ਨੂੰ ਰੋਕਿਆ ਹੈਗਾ, ਨਾ ਕਿਸੇ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਹੈਗਾ। ਆਮ ਆਦਮੀ ਪਾਰਟੀ ਨਿਰਪੱਖ ਜਿਹੜੀਆਂ ਚੋਣਾਂ ਕਰਾਉਣੀ ਚਾਹੁੰਦੀ ਹੈ, ਅਤੇ ਅਸੀਂ ਵਿਰੋਧੀ ਪਾਰਟੀ ਨੂੰ ਇਹ ਤਾੜਨਾ ਕਰਦੇ ਹਾਂ, ਇਹੋ ਜਿਹੀ ਗੁੰਡਾਗਰਦੀ ਨਾ ਕਰੋ, ਇਹ ਲੋਕਤੰਤਰ ਵਾਸਤੇ ਠੀਕ ਨਹੀਂ ਹੈਗਾ। 3-4 ਦਿਨਾਂ ਤੋਂ ਲਗਾਤਾਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ। ਉਹ ਕਹਿ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਵਾਲੇ ਵਿਰੋਧੀ ਪਾਰਟੀਆਂ ਨੂੰ ਫਾਰਮ ਨਹੀਂ ਭਰਨ ਦੇ ਰਹੇ, ਗੁੰਡਾਗਰਦੀ ਕਰ ਰਹੇ ਨੇ। ਦੂਸਰੇ ਬੰਨੇ ਜਿਹੜੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਸੀ, ਉਹਨਾਂ ਨੂੰ ਡਰਾ ਰਹੇ ਸੀ, ਉਹਨਾਂ ਨੂੰ ਧਮਕਾ ਰਹੇ ਸੀ। ਅਸੀਂ ਉਦੋਂ ਵੀ ਕਿਹਾ ਸੀ ਕਿ ਕਿਸੇ ਨੂੰ ਡਰਾਉਣਾ, ਕਿਸੇ ਨੂੰ ਧਮਕਾਉਣਾ ਜਾਂ ਗੁੰਡਾਗਰਦੀ ਕਰਨਾ ਇਹ ਆਮ ਆਦਮੀ ਪਾਰਟੀ ਦਾ ਕਲਚਰ ਨਹੀਂ ਹੈ। ਅਸੀਂ ਲੋਕਤੰਤਰੀ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਹਾਂ, ਲੇਕਿਨ ਅੱਜ ਤੁਹਾਡੇ ਸਾਹਮਣੇ ਹੈਗੇ ਆ, ਅੱਜ ਤੁਸੀਂ ਦੇਖ ਰਹੇ ਹੋ ਕਿ ਗੁੰਡਾਗਰਦੀ ਕੌਣ ਕਰਦਾ। ਅੱਜ ਜਲਾਲਾਬਾਦ ਦੇ BDPO ਦਫ਼ਤਰ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ 'ਤੇ ਗੋਲੀ ਮਾਰੀ ਗਈ, ਉਹ ਬਹੁਤ ਸੀਰੀਅਸ ਕੰਡੀਸ਼ਨ 'ਚ ਹੈਗਾ। ਉਹ ਇੰਨੀ ਸੀਰੀਅਸ ਕੰਡੀਸ਼ਨ 'ਚ ਉਹਨੂੰ DMC ਲੁਧਿਆਣੇ ਰੈਫਰ ਕਰਨਾ ਪੈ ਗਿਆ। ਹੁਣ ਪੰਜਾਬ ਦੇ ਲੋਕ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਗੁੰਡਾਗਰਦੀ ਕੌਣ ਕਰਦਾ, ਕਿੰਨਾ ਦਾ ਕ੍ਰਿਮੀਨਲ ਮਾਇੰਡ ਹੈਗਾ, ਕਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗੈਂਗਸਟਰ ਪੈਦਾ ਕੀਤੇ। ਪੰਜਾਬ ਦੇ ਲੋਕਾਂ ਤੋਂ ਕੁਝ ਭੁੱਲਿਆ ਨਹੀਂ ਹੈਗਾ, ਔਰ ਪੰਜਾਬ ਦੇ ਲੋਕ ਇਹਨਾਂ ਪੰਚਾਇਤੀ ਚੋਣਾਂ 'ਚੋਂ ਇਹੋ ਜਿਹੇ ਕ੍ਰਿਮੀਨਲ ਮਾਇੰਡ ਦੇ ਲੋਕਾਂ ਤੋਂ ਬਦਲਾ ਲੈਣਗੇ, ਬਿਲਕੁਲ ਵੋਟ ਦੇ ਨਾਲ ਬਦਲਾ ਲੈਣਗੇ। ਅਸੀਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਉਸ ਦਿਨ ਵੀ ਅਸੀਂ ਕਹਿ ਕੇ ਆਏ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਬਿਲਕੁਲ ਨਿਰਪੱਖ ਹੋਣੀਆਂ ਚਾਹੀਦੀਆਂ ਨੇ, ਔਰ ਜਿੱਥੇ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਹੈ ਉੱਥੇ ਇਲੈਕਸ਼ਨ ਕਮਿਸ਼ਨ ਸਿਕਿਉਰਿਟੀ ਦੇਵੇ। ਅਸੀਂ ਇੱਕ ਵਾਰੀ ਫਿਰ ਕਹਿੰਦੇ ਹੈਗੇ ਹਾਂ, ਆਮ ਆਦਮੀ ਪਾਰਟੀ ਨੇ ਨਾ ਕਿਸੇ ਨੂੰ ਫਾਰਮ ਭਰਨ ਨੂੰ ਰੋਕਿਆ ਹੈਗਾ, ਨਾ ਕਿਸੇ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਹੈਗਾ। ਆਮ ਆਦਮੀ ਪਾਰਟੀ ਨਿਰਪੱਖ ਜਿਹੜੀਆਂ ਚੋਣਾਂ ਕਰਾਉਣੀ ਚਾਹੁੰਦੀ ਹੈ, ਅਤੇ ਅਸੀਂ ਵਿਰੋਧੀ ਪਾਰਟੀ ਨੂੰ ਇਹ ਤਾੜਨਾ ਕਰਦੇ ਹਾਂ, ਇਹੋ ਜਿਹੀ ਗੁੰਡਾਗਰਦੀ ਨਾ ਕਰੋ, ਇਹ ਲੋਕਤੰਤਰ ਵਾਸਤੇ ਠੀਕ ਨਹੀਂ ਹੈਗਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।